ਅਸਲਾਮੁਆਲੇਕਮ ਜੀ ਜੱਟੀ ਦੇ ਵਲੌਗ ਦੇ ਸਾਥ ਤੁਹਾਨੂੰ ਖੁਸ਼ਾਮਦਿਦ ਕਰਨਿਆ ਕਿ ਹਾਲਚਾਲ ਤੁਹਾਡਾ ਮੀਰੀ ਤੁਸੀਂ ਠੀਕ ਹੋਵੋਗੇ ਜਦੋਂ ਬਾਜ ਦਾ ਵਲੌਗ ਸ਼ੁਰੂ ਕਰਨਾ ਹੈ ਸਵੇਰ ਹੀ ਤੋਂ ਅੱਜ ਮੈਂ ਜ਼ਰਾ ਜਲਦੀ ਉੱਠ ਗਈਆਂ 3:30 ਦਾ ਟਾਈਮ ਜੇ ਮੈਂ ਬਣਾਉਣ ਲਗੀ ਪਰਾਠੇ ਤੇ ਨਾਲ ਹੀ ਮੈਂ ਲਗਾ ਲਈ ਮਸ਼ੀਨ ਮੈਂ ਕਿਹਾ ਚਲੋ ਸਵੇਰ ਜਦੋਂ ਉੱਠਾਂਗੀ ਉਦੋਂ ਸੁੱਕਣੇ ਪਾ ਦਿਆਂਗੀ ਕੱਪੜੇ ਆ ਬੱਚਿਆਂ ਦਾ ਯੂਨੀਫਾਰਮ ਹੈ ਮਸ਼ੀਨ 'ਚ ਪਾਏ ਤੇ ਮੈਂ ਕਿਹਾ ਥੋੜੀ ਜਿਹੀ ਇਸ 'ਮੇ ਨਾ ਬਲੀਚ ਵੀ ਸੁੱਟੂ ਤਾਂ ਕਿ ਸਾਫ਼ ਹੋ ਜਾਣ ਤੇ ਟਾਈਮ ਅਜ ਹੈ ਸੀ ਮੈਂ ਕਿ ਨਮਾਜ਼ ਪੜ ਦੇਉ ਨੂੰ ਧੁੱਪ ਜਾਣੇ ਤੇ ਫਿਰ ਸੁੱਕਣੇ ਪਾ ਦਾਂਗੇ ਤੇ ਸੁਬਾ ਉੱਠ ਕੇ ਤੇ ਮਸ਼ੀਨ ਲਗਾ ਕੇ ਮੈਂ ਚੱਲੇਗੀ ਜੀ ਸੈਰੀ ਕਰਨ ਸੈਰੀ ਕੀਤੀ ਬੱਚਿਆਂ ਨੇ ਵੀ ਮੈਂ ਵੀ ਤੇ ਫਿਰ ਅਸੀਂ ਨਮਾਜ਼ ਪੜਨ ਲੱਪੇ ਨਮਾਜ਼ ਦਾ ਟਾਈਮ ਆ ਗਿਆ ਤੇ ਤੁਹਾਨੂੰ ਪਤਾ ਹੈ ਹਰ ਵਕਤ ਵੈਸੇ ਇਸ ਚੀਜ਼ ਆਹਤਮਾਮ ਹੋਣਾ ਚਾਹੀਦਾ ਲੇਕਿਨ ਰਮਜ਼ਾਨ ਚ ਕੁਝ ਜ਼ਿਆਦਾ ਹੁੰਦਾ ਹੈ ਸੁਬਾ ਜਨਾਬ ਮੈਂ ਉੱਠੀ ਤਕਰੀਬਨ 6:47 ਵਜੇ ਆਹ ਜਿਹੜੀ ਸੁਬਾਹ ਦੀ ਨਾ ਬੜੀ ਰੁਟੀਨ ਜਿਹੜੀ ਡਿਸਟਰਬ ਜਾਈਏ ਕਿ ਨਮਾਜ਼ ਪੜ ਕੇ ਸੋਵੋ ਪੌਣੇ 5 ਮੈਂ ਸੋਣੀ ਆ 5 ਪੌਣੇ 5 ਤੱਕ ਸੁਬਾਹ 6:30 ਫਿਰ ਉੱਠ ਜਾਣੀ ਆ ਤੇ ਆ ਮੇਰਾ ਉਹ ਸੂਟ ਜਿਹੜਾ ਕੱਲ ਦਰਜਨ ਵੱਲੋਂ ਆਇਆ ਸੀ ਤੁਹਾਨੂੰ ਦਿਖਾਇਆ ਸੀ ਨਾ ਕੱਲ ਵਾਲੇ ਵਲੌਗ ਚ ਮੈਂ ਕਿਹਾ ਚਲੋ ਅੱਜ ਪਾ ਕੇ ਵੀ ਵਿਖਾ ਦਾਂ ਹੁਣ ਪਤਾ ਨਹੀਂ ਤੁਹਾਨੂੰ ਸੋਹਣਾ ਲੱਗਦਾ ਹੈ ਕਿ ਨਹੀਂ ਲੱਗਦਾ ਮੈਨੂੰ ਤਾਂ ਵੈਸੇ ਸ਼ੀਸ਼ੇ ਅੱਗੇ ਸੋਹਣਾ ਲੱਗਣ ਦਾ ਸੀ ਤਾਂ ਹੀ ਤੇ ਵੇਖੋ ਮੈਂ ਸ਼ੀਸ਼ੇ ਕੋਹੀ ਲੜਨੀ ਨਹੀਂ ਰਹੀ ਮੈਂ ਕਿਹਾ ਚਲੋ ਮੇਰਾ ਇਰਾਦਾ ਹੈ ਕਿ ਮੈਂ ਨਾ ਜੋਬ ਅਨਕਰੀਬ ਛੱਡ ਦੇਣੀ ਐਸੇ ਹਫਤੇ ਦੇ ਵਿੱਚ ਵਿੱਚ ਤੇ ਮੈਂ ਕਿਹਾ ਚਲ ਜਿੰਨੇ ਵੀ ਨਵੇਂ ਨਵੇਂ ਸੂਟ ਸਵਾਇਨਾਂ ਸਾਰੇ ਰੋਜ਼ ਪਾ ਕੇ ਜਾਣੇ ਕਰਨੇ ਤੇ ਅਗੋਂ ਮਈ ਦਾ ਮਹੀਨਾ ਆ ਜਾਣਾ ਫਿਰ ਛੁੱਟੀਆਂ ਆ ਲੈਣੀਆਂ ਨੇ ਛੁੱਟੀਆਂ ਤੋਂ ਬਾਅਦ ਜੇ ਮੂਡ ਹੋਇਆ ਤੇ ਜੁਆਇਨਿੰਗ ਦੇ ਲਾਂਗੇ ਨਹੀਂ ਤੇ ਰੈਸਟ ਹੀ ਕਰਾਂਗੀ ਘਰ ਤੇ ਹਵੇਲੇ ਵਿੱਚ ਵੇ ਔਲਾਦ ਮੇਰੀ ਬੋਲਣ ਦੀ ਹੈ ਜੇ ਵੀ ਇਹ ਮੈਂ ਜੁੱਤੀ ਵੀ ਦੇਖ ਲੈ ਮੈਂ ਕਿਹਾ ਚਲ ਜੁੱਤੀ ਵੀ ਦਿਖਾ ਲੂੰ ਸੂਟ ਦਿਖਾਇਆ ਤੋ ਤੇ ਜ਼ਰੂਰ ਦੱਸਣਾ ਕਮੈਂਟ ਚ ਕਿਹੋ ਜਿਹਾ ਲੱਗਾ ਤੁਹਾਨੂੰ ਸੂਟ ਵੀ ਤੇ ਜੁੱਤੀ ਦਾ ਭਾਅ ਨਾ ਦੱਸਿਓ ਖੈਰ ਤੁਹਾਡੀ ਮਰਜ਼ੀ ਰਾ ਮੈਂ ਗਈ ਸਕੂਲ ਤੇ ਸਕੂਲ ਤੋਂ ਪਤਾ ਹੈ ਮੋਬਾਈਲ ਨਹੀਂ ਲੈ ਕੇ ਜਾਈ ਤਾਂ ਘਰ ਆਈ ਵਾਪਸ ਤੇ ਚੰਗਾ ਰਾਜ ਕੇ ਸੁੱਤੀ ਸੌਂ ਕੇ ਉੱਠ ਕੇ ਮੈਂ ਕਿਚਨ ਚਾਈ ਦੁੱਧ ਬੋਇਲ ਕੀਤਾ ਮੈਨੇ ਤੇ ਇਹ ਸੋਚਿਆ ਕਿ ਅੱਜ ਕੀ ਬਣਾਣਾ ਸਾਰਿਆਂ ਕੁ ਵਾਰੀ ਵਾਰੀ ਪੁੱਛਿਆ ਤੇ ਸਾਰਿਆਂ ਕੁ ਵਾਰੀ ਵਾਰੀ ਪੁੱਛਿਆ ਤੇ ਐਂਡ ਤੇ ਪਹੁੰਚੀ ਕਿ ਅੱਜ ਜਨਾਬ ਬਣਾਣਾ ਹੈ ਪਲਾਉ ਰਾਇਤਾ ਤੇ ਸਲਾਦ ਦੇ ਨਾਲ ਬਣਨੇ ਨੇ ਪਕੌੜੇ ਤਾਨੂੰ ਪਤਾ ਪਕੌੜੇ ਸਾਡੇ ਘਰ ਵਿਆਹੇ ਗਏ ਨੇ ਮੈਂ ਤੁਹਾਨੂੰ ਦੱਸਿਆ ਸੀ ਹਰੇ ਹਰ ਵਲੌਗ ਚ ਦੱਸਨੀ ਆ ਇਸ ਲਈ ਉਹਨਾਂ ਦਾ ਨਾਗਰਤ ਬਸ ਭੋਲੀ ਜਾਣ ਉਹ ਨਹੀਂ ਸਾਨੂੰ ਕਾਬਲੇ ਕਬੂਲ ਕਿ ਕਿਸੇ ਦਿਨ ਪਕੌੜੇ ਗੈਰ ਹਾਜ਼ਰ ਹੋਣ ਸਾਡੇ ਘਰੋਂ ਉਹਨਾਂ ਦੇ اٹੈਂਡੈਂਸ ਜ਼ਰੂਰੀ ਹੀ ਜ਼ਰੂਰੀ ਹੈ ਉਸ ਤੋਂ ਬਾਅਦ ਜਨਾਬ ਇਫਤਾਰੀ ਤੋਂ ਬਾਅਦ ਜਿਹੜੀ ਚੀਜ਼ਾਂ ਨਸ਼ਾ ਟੁੱਟਦਾ ਜੇ ਨਾ ਵਾਹ ਹੁੰਦੀ ਜੀ ਚਾਹ ਚਾਹੇ ਕੇ ਬਿਨਾਂ ਜੋ ਹੈ ਨਾ ਉਹ ਤਾਂ ਉੱਠਣਾ ਹੀ ਮਹਾਲ ਹੋ ਜਾਂਦਾ ਹੈ ਰੋਜ਼ਾ ਖੋਲਣੇ ਕੇ ਬਾਅਦ ਬੜੀ ਔਖੀ ਹੋ ਕੇ ਮੈਨੇ ਨਮਾਜ਼ ਪੜੀ ਤਾਂ ਫਿਰ ਮੈਨੇ ਚਾਹ ਬਣਾਈ ਤੇ ਮੈਨੇ ਚਾਹ ਬਣਾਏ ਜਾਣੇ ਕੇ ਬਾਅਦ ਥੋੜੀ ਬੈਟਰੀ ਚਾਰਜ ਹੋ ਗਈ ਤਾਂ ਅੱਜ ਮੈਨੇ 2-4 ਕੰਮ ਨਿਭੇ ਨਹੀਂ ਨਿਭਾਣੇ ਹਨ ਤੇ ਚਾਹ ਪੀ ਕੇ ਮੈਂ ਗਈ ਜੇ ਕਮਰੇ ਜੇ ਉੱਥੇ ਨਾ ਮੇਰੇ ਬੱਚੇ ਪਲਾਕਾ ਦਾ ਖਲਾਰਾ ਪਾਕ ਬੈਠੇ ਕਿਸੇ ਨੂੰ ਈਦੀਆਂ ਆਈਆਂ ਨੇ ਤੇ ਕਿਸੇ ਨੇ ਦੇਣੀਆਂ ਨੇ ਆ ਵੇਖੋ ਹੁਣ ਇਹ ਨਹੀਂ ਪਤਾ ਇਹਨਾਂ ਨੂੰ ਮਿਲੀਆਂ ਕਿਹੜੀਆਂ ਨੇ ਤੇ ਇਹਨਾਂ ਦੇਣੀਆਂ ਕਿਹੜੀਆਂ ਨੇ ਕੋਈ ਪੈਕਿੰਗ ਕਰਨ ਡਿਆ ਤੇ ਕੋਈ ਪੈਕਿੰਗ ਖੋਲਣ ਡਿਆ ਕਿ ਪੂਰੇ ਕਮਰੇ ਚ ਇਹਨਾਂ ਨਾ ਇਹੀ ਖਲਾਰਾ ਪਾਇਆ ਸੀ ਬਸ ਇਹ ਆਂਦੇ ਕੰਮ ਮੇਰੇ ਕਮਰੇ ਚ ਆਕ ਕਰਦੀਆਂ ਨੇ ਮੁਸਫਾ ਸਾਹਿਬ ਨੂੰ ਸਮਝ ਨਹੀਂ ਸੀ ਆਉਣ ਦੇ ਕਿ ਮੈਂ ਕੀ ਕਰਨਾ ਤੇ ਮੇਰਾ ਪੁੱਤਰ ਕਦੀ ਕੋਈ ਚੀਜ਼ ਆਂਦਾ ਵਾਲਾ ਮੇਰੀ ਘੜੀ ਵੀ ਮਾਂ ਵਿੱਚ ਰੱਖ ਇਹ ਨਾ ਪਿੱਛੇ ਰਹਿ ਜੇ ਇਹਦੀ ਵੀ ਵੀਡੀਓ ਬਣਾ ਤੇ ਲੋਕਾਂ ਨੂੰ ਦੱਸ ਮੈਨੂੰ ਵੀ ਗਿਫਟ ਮਿਲੇ ਆ ਆ ਮੇਰਾ ਬੱਬਰ ਸ਼ੇਰ ਜੇ ਇਹਨੂੰ ਮੰਤਰਾਂ ਵੀਡੀਓ ਬਣਾਉਣ ਦਾ ਬਹੁਤ ਸ਼ੌਕ ਹੈ ਤੇ ਮੈਂ ਖੇਚਾ ਮੈਂ ਆਪਣੇ ਪੁੱਤਰ ਦੀ ਘੜੀ ਵੀ ਤਾਨੂੰ ਵਿਖਾ ਦਿਆ ਹੈ कहते ये भी मेरे दोस्त ने दिया और मैंने नहीं पता दोस्त ने दी अब्बे ने लिया दीती है तो उस तो बाद मैं आ गई किचन आेखो मेरे कैबिनेट का हाल ये औरतों के किचन ऐडिया दे। सारा दिन बेचारियाँ नौकरिया तक तो आ के हिम्मत नहीं होंगी ये देखे सारे पहले मैं सारा का तुम वारी वारी हाल विखावे की है तो फिर उसावे कि मैं इन्होंने की किया मैंने अपनी औलादूदी आवाज़ कि आके कुछ मेरी मदद करो ਔਰ ਨੰਨ ਤੋਂ ਆਪਣੇ ਕੰਮ ਉਹੀ ਪੈਕਿੰਗਾ ਸ਼ੈਕਿੰਗਾ ਕਿ ਆਂਦੇ ਹੁੰਦੇ ਨੇ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਵੇ ਕਿਸ ਨੇ ਮੇਰੀ ਗੱਲ ਨਾ ਸੁਣੀ ਇਹੋ ਸਾਬੇ ਕਿ ਕਿਸੇ ਨੇ ਨਹੀਂ ਸੁਣੀ ਆ ਵੇਖੋ ਹਾਲ ਕੀ ਏ ਸਾਰਾ ਮੈਂ ਨਹੀਂ ਕਰਦੀ ਇਹ ਜਿਹੜੇ ਹਾਥ ਨੇ ਨਿੱਕੇ ਨਿੱਕੇ ਘਾਰ ਦੇ ਵਿੱਚ ਇਹ ਵੀ ਕੋਈ ਚੀਜ਼ ਕਢਣੀ ਹੋਏ ਇੱਕ ਤੇ ਸਾਰਾ ਖਲਾਰਾ ਵਿੱਚੇ ਮੇਰੀ ਔਲਾਦ ਤੇ ਵਿੱਚੇ ਉਹਨਾਂ ਦੇ ਬਾਬਾ ਜੂ ते मैं उना उना तो मैं क्या चलो हूँ आना तो किसी ने नहीं मैं आप ही काम शुरू करनी मैं रखी कुर्सी तो चढ़ गई उत्ते ये देखे मैंने पहले ये वाला कैबिनेट साफ किया अच्छे से सेट से किए बर्तन फिर ये नाल वाला किया तो बर्तन तो फिर खैर साफ ही सी सिर्फ अंदर कपड़ा मारे तो मैं क्या नाल, नाल बर्तन सेट कर दी जाती हाँ चलो कल फिर सना को नीचे वाला कैबनिट साफ करा मैंने अपनी डिश बड़ी पसंद है ਤੇ ਮੈਂ ਕਿ ਆਜ ਉੱਪਰ ਵਾਲੇ ਮੈਨ ਚੜ ਕੇ ਕਰ ਦਿੰਨੀ ਆ ਨੀਚੇ ਵਾਲੇ ਸਨ ਨੂੰ ਦੱਸੀ ਜਾਵਾਂਗੀ ਤੇ ਉਹ ਕਰੀ ਜਾਏਗੀ ਇਹ ਦੇਖੇ ਇਸ ਕੀ ਹਾਲਤ ਵੀ ਮੈਨੇ ਬਦਲੀ ਸੈਟ ਕੀਆ ਇਸ ਕੋ ਵੀ ਇਹ ਵਹੀ ਜੋ ਵਿਗੜੇ ਤਿਗੜੇ ਬਰਤਨ ਕਿਸੇ ਦਾ ਮੂੰਹ ਉਧਰ ਨੂੰ ਤੇ ਕਿਸੇ ਦਾ ਉਧਰ ਨੂੰ ਆ ਮੈਨੇ ਸਾਰੇ ਸੈਟ ਕੀਏ ਮੈਨ ਕਾ ਫਤਾਰੀ ਤੋਂ ਬਾਅਦ ਕਾਫੀ ਟਾਈਮ ਹੁੰਦਾ ਹੈ ਤੇ ਕੀ ਕਰਨਾ ਲੰਮਾ ਹੀ ਪੈਣਾ ਨਾ 12 1 ਵਜੇ ਤੱਕ ਵੈਸੀ ਨੀਂਦ ਨਹੀਂ ਆਉਂਦੀ ਕਈ ਵਾਰੀ ਸਾਡੇ ਘਰ ਇੰਜ ਹੁੰਦਾ ਕਿ ਅਸੀਂ ਸੈਰੀ ਰਾਤ ਮਤਲਬ ਖਾ ਕੇ ਤੇ ਫਿਰ ਸੌਣੇ ਆ ਆ ਮੈਡੀਸਨ ਵਾਲਾ ਜਨਾਬ ਕੈਬਨਟ ਏ ਮੈਂ ਐਕਸਾਈਡ ਤੇ ਸਾਰੀਆਂ ਕੀਤੀਆਂ ਦਵਾਈਆਂ ਤੇ ਇੱਕ ਸਾਈਡ ਤੇ ਆ ਬਲੈਂਡਰ ਦੀਆਂ ਚੀਜ਼ਾਂ ਜੂਸਰ ਬਲੈਂਡਰ ਦੀਆਂ ਰੱਖੀਆਂ ਉਹ ਦਵਾਈਆਂ ਵੀ ਰੱਖਣੀਆਂ ਪਈਆਂ ਪੁੱਤਰ ਮੇਰਾ ਅਕਸਰ ਹੀ ਬਿਮਾਰ ਹੋ ਜਾਂਦਾ ਤੇ ਐਸ ਕੈਬਨਟ ਜਨਾਬ ਸਾਰੇ ਲੰਚ ਬਾਕਸ ਐਕਸਾਈਡ ਤੇ ਰੱਖੇ ਸਾਰੇ ਕੰਟੇਨਰ ਰੱਖੇ ਤੋਂ ਤੋਂ ਵੇ ਮੇਰੀ ਉਰਦੂ ਤੇ ਪੰਜਾਬੀ ਵੇਖੋ ਤੁਸੀਂ ਨਾਲ ਨਾਲ ਸੁਣੀ ਜਾਓ ਆ ਸਾਰੇ ਮੈਂ ਨਾ 5 ਤੋਂ 10 ਮਿੰਟ ਸਾਰੇ ਸੈੱਟ ਕੀਤੇ ਕੱਝ ਮੈਂ ਕਪੜਾ ਫੜਿਆ ਸਲੇ ਤੇ ਨਾਲ ਨਾਲ ਮੈਂ ਆਵਾਜ਼ ਵੀ ਦੇਣ ਦੀ ਸਫਾਤਮਾ ਲੀਜ਼ਾ ਪਰ ਕੋਈ ਅਸਨ ਆਵੇ ਕੋ ਆ ਸਾਰੇ ਕੀਲ ਸਾਹਿਬ ਦੇ ਕੰਮ ਨੇ ਭਲਾ ਭਲਬ ਦਾ ਕੀ ਕੰਮ ਕਿਚਨ ਚ ਆ ਵੇਖੋ ਆ ਲੀਜ਼ਾ ਦਾ ਬੇਸਨ ਜਦੋਂ ਲੀਜ਼ਾ ਨੇ ਆਪਣੀ ਰੋਟੀ ਬਣਾਣੀ ਹੁੰਦੀ ਨਾ ਦੀ ਇੱਕ ਚੀਜ਼ ਐਂਡ ਖਲਾਰਦੀ ਏ ਇਹ ਦੇਖੇ ਜਨਾਬ ਇਹ ਵੀ ਮੈਂ ਸੈੱਟ ਸ਼ੂਟ ਕਰ ਲਿਆ ਇਹ ਲੀਜ਼ਾ ਦਾ ਬੇਸਨ ਸਾਥ ਉਹ ਸ਼ੱਕਰ ਵਾਲਾ ਬਾਕਸੇ ਉਹਦੇ ਵਿੱਚ ਰਿਪਾਈ ਨਹੀਂ ਹੋ ਰਹੇ ਤੇ ਪੱਤੀ ਚੀਨੀ ਸਾਰਾ ਆਇਲ ਵਾਲਾ ਮੈਂ ਖਾਣਾ ਸਾਫ਼ ਕੀਤਾ ਜਿਹੜਾ ਜ਼ਿਆਦਾ ਮਿਹਨਤ ਕਿ ਲੱਗੀ ਕਿ ਕੋਈ ਚਾਫੇ ਕੁਝ ਡਿੱਗਾ ਸੀ ਜਿਹੜਾ ਮੈਂ ਸੈੱਟ ਕੀਤਾ ਇਹਨੂੰ ਮੈਂ ਕਰਤਾ ਜਿਹਾ ਠਾ ਕਰਕੇ ਬੰਦ ਕਰਕੇ ਹੁਣ ਇੱਕ ਪਾਸੋਂ ਰੰਡੀ ਰੋਣਾ ਮਕਾ ਕੇ ਆਈ ਐ ਤੇ ਜਦੋਂ ਮੈਂ ਕਮਰੇ 'ਚ ਆਈ ਨਾ ਤੇ ਦਿਲ ਕੀਤਾ ਕਿ ਸਾਰਿਆਂ ਨੂੰ ਫੜ ਲਵਾਂ ਤੇ ਸੈੱਟ ਕਰ ਦਿਆਂ ਆਹ ਵੇਖੋ ਆ ਗਿਫਟ ਤੇ ਪੈਕ ਹੋ ਗਏ ਨੇ ਪਰ ਜੋ ਮੇਰੇ ਕਮਰੇ ਦੀ ਹਾਲਤ ਹੋਈ ਹੈ ਨਾ ਆ ਅਲੀਆ ਨਮਾਜ਼ ਪੜੀ ਤੇ ਉਹਨਾਂ ਜਾਇਨਵਾ ਚੁੱਕਣਾ ਗਵਾਰਾ ਨਹੀਂ ਕੀਤਾ ਤੋ ਜਦ ਮੈਂ ਇਹ ਵੀਡੀਓ ਬੰਦ ਕਰੂੰਗੀ ਨਾ ਵਲੌਗ ਤਾਂ ਫਿਰ ਦੇਖਣਾ ਕਿ ਐਸੀ ਕਿ ਪੈਂਟੀ ਲਗਾਤੀ ਏਨਕੋ ਹੁਣ ਇਹਨਾਂ ਨੂੰ 5 ਮਿੰਟ ਦਾ ਟਾਈਮ ਦਿੱਤਾ ਹੈ ਕਿ 5 ਮਿੰਟ ਚ ਮੇਰਾ ਨਾ ਕਮਰਾ ਸੈੱਟ ਹੋਏ ਤੇ ਆਪਣੇ ਕਮਰੇ ਚ ਗੰਦ ਲੈ ਜਾਓ ਜਨਾਬ ਬੱਚਿਆਂ ਨੂੰ ਮੈਂ ਦਿੱਤਾ ਸੀ ਜੇ 5 ਮਿੰਟ ਦਾ ਟਾਈਮ ਤੇ ਉਹਨਾਂ ਮਾਸ਼ਾਅੱਲਾ 3 ਮਿੰਟ ਚ ਕਰ ਲਿਆ ਸਾਰਾ ਕੰਮ ਹੈ ਮਾਤਰ ਸਿਆਣੇ ਜੁਏ ਫਿਰ ਇਹ ਦੇਖੀ ਉਹਨਾਂ ਨੇ ਆਪਣੀ ਚੀਜ਼ਾਂ ਸਾਰੀ ਠਾਠ ਠੂਲੀ ਹੈ ਸਾਰਾ ਕਮਰਾ ਸੈੱਟ ਕਰਦੀ ਆ ਹੈ ਮੇਰਾ ਮੈਂ ਆਖਿਆ ਨਹੀਂ ਤੇ ਤੁਹਾਡੇ ਮੈਂ ਹੱਡੀਆਂ ਤੋੜ ਦੇਣੀਆਂ ਜੇ ਤੁਸੀਂ 2 ਮਿੰਟਾਂ ਦਾ ਕੰਮ ਤੇ ਉਮੀਦ ਹੈ ਜਨਾਬ ਅੱਜ ਦੀ ਰੁਟੀਨ ਤੁਹਾਨੂੰ ਪਸੰਦ ਆਈ ਹੋਵੇਗੀ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਵੇਗਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਵੀ ਜ਼ਰੂਰ ਦੱਸਿਆ ਕਰੋ ਤੇ ਦੁਆਵਾਂ ਵਿੱਚ ਯਾਦ ਰੱਖਣਾ ਇਨਸ਼ਾਅੱਲਾ ਨੈਕਸਟ ਵਲੌਗ ਫੇਰ ਮੁਲਾਕਾਤ ਹੋਏਗੀ ਤੇ ਸਬਸਕ੍ਰਾਈਬ ਕਰਨ ਲੱਗਾ ਕਿਹੜਾ ਕੁਝ ਐਡਾ ਹੱਥ ਕੱਸਦੇ ਨੇ ਹਲਕਾ ਟਾਹ ਕਰਕੇ ਟੱਚ ਕਰਨਾ ਹੁੰਦਾ ਹੈ ਤੇ ਬੈਲ ਆਈਕਨ ਨੂੰ ਜ਼ਰੂਰ ਟੱਚ ਕਰਨਾ ਦੁਬਾਰਾ ਮਿਲਾਂਗੇ ਇਨਸ਼ਾਅੱਲਾ ਜੀ ਦੁਆਵਾਂ 'ਚ ਯਾਦ ਰੱਖਣਾ ਤੇ ਜੱਟੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਫਿਰ ਮਿਲਾਂਗੇ ਇਨਸ਼ਾਅੱਲਾ ਜੀ ਅੱਲਾ ਹਾਫਿਜ਼